ਜਿਹੜਾ ਗੈਂਗਸਟਰ ਕਾਲਾ ਧਨੋਲਾ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਤੇ ਹੁਣ ਤਸਵੀਰਾਂ ਉਸ ਫਾਰਮ ਹਾਊਸ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਾਲਾ ਧਨੋਲਾ ਆਪਣੇ ਦੋ ਸਾਥੀਆਂ ਦੇ ਨਾਲ ਇੱਥੇ ਲੁਕਿਆ ਹੋਇਆ ਸੀ। ਤਾਂ ਦੱਸ ਦਈਏ ਕਿ ਬਰਨਾਲਾ ਦੇ ਵਿੱਚ ਇਹ ਫਾਰਮ ਹਾਊਸ ਮੌਜੂਦ ਹੈ, ਪੰਚਕੂਲਾ ਦੇ ਇੱਕ ਕਾਰੋਬਾਰੀ ਦਾ ਦੱਸਿਆ ਜਾ ਰਿਹਾ ਤੇ ਇਸ ਦੀਆਂ ਅੰਦਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਕਾਲੇ ਧਨੋਲੇ ਦੀ ਸੂਹ ਪਤਾ ਲੱਗੀ ਪੁਲਿਸ ਨੂੰ ਤਾਂ ਪੁਲਿਸ ਨੇ ਜਾ ਕੇ ਉਸਨੂੰ ਘੇਰਾਬੰਦੀ ਕਰ ਲਈ, ਪਰ ਕਿਹਾ ਜਾ ਰਿਹਾ ਕਿ ਉਸਨੇ ਭੱਜਣ ਦੀ ਫਿਰਾਕ ਦੇ ਨਾਲ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਕਾਲਾ ਧਨੋਲਾ ਮਾਰਿਆ ਗਿਆ। ਦੱਸ ਦਈਏ ਕਿ ਪੰਜਾਬ ਦੇ ਇਹ ਕੈਟੇਗਰੀ ਦਾ ਇਹ ਗੈਂਗਸਟਰ ਦੱਸਿਆ ਜਾ ਰਿਹਾ ਸੀ ਜਿਸਨੂੰ ਕਿ AGTF ਨੇ ਢੇਰ ਕਰ ਦਿੱਤਾ। ਦੱਸ ਦਈਏ ਕਿ ਕਾਂਗਰਸ ਦੇ ਬਲਾਕ ਪ੍ਰਧਾਨ ਦੇ ਉੱਤੇ ਜਾਨਲੇਵਾ ਇਸ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਹ ਲਗਾਤਾਰ ਫਰਾਰ ਚੱਲ ਰਿਹਾ ਸੀ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਦੀ ਭਾਲ ਕੀਤੀ ਜਾ ਰਹੀ ਸੀ। ਤਾਂ ਦੱਸ ਦਈਏ ਕਿ AGTF ਦੇ ਨਾਲ ਮੁਕਾਬਲਾ ਹੁੰਦਾ ਹੈ ਕਾਲਾ ਧਨੋਲਾ ਦਾ ਤੇ ਉਸ ਦੇ ਵਿੱਚ ਗੈਂਗਸਟਰ ਕਾਲਾ ਧਨੋਲਾ ਮਾਰਿਆ ਗਿਆ। ਫਿਲਹਾਲ ਗੈਂਗਸਟਰ ਕਾਲਾ ਧਨੋਲਾ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਇਸ ਫਾਰਮ ਹਾਊਸ ਦੇ ਵਿੱਚ ਕਿਹਾ ਜਾ ਰਿਹਾ ਕਿ ਗੈਂਗਸਟਰ ਕਾਲਾ ਧਨੋਲਾ ਆਪਣੇ ਦੋ ਸਾਥੀਆਂ ਦੇ ਨਾਲ ਲੁਕਿਆ ਹੋਇਆ ਸੀ। AGTF ਨੇ ਜਦੋਂ ਇਸਦੀ ਘੇਰਾਬੰਦੀ ਕੀਤੀ ਤਾਂ ਪਹਿਲਾਂ ਉਸਨੂੰ ਸਰੈਂਡਰ ਕਰਨ ਦੇ ਲਈ ਕਿਹਾ ਗਿਆ, ਪਰ ਉਸਨੇ ਭੱਜਣ ਦੀ ਫਿਰਾਕ ਦੇ ਨਾਲ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰ ਦਿੱਤੀ, ਪਰ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਕਾਲਾ ਧਨੋਲਾ ਮਾਰਿਆ ਗਿਆ। ਤਾਂ ਇਸ ਫਾਰਮ ਹਾਊਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਗੈਂਗਸਟਰ ਕਾਲਾ ਧਨੋਲਾ ਲੁਕਿਆ ਹੋਇਆ ਸੀ ਅਤੇ ਇਹ ਇੱਕ ਪੰਚਕੂਲਾ ਦੇ ਕਾਰੋਬਾਰੀ ਦਾ ਦੱਸਿਆ ਜਾ ਰਿਹਾ ਜਿਸਨੇ ਕਿ ਅੱਗੇ ਕਿਰਾਏ ਦੇ ਉੱਤੇ ਇਸਨੂੰ ਦਿੱਤਾ ਹੋਇਆ ਸੀ।